ਹਾਂਜੀ, ਕਿਵੇਂ ਹੋ? ਆਪਾਂ ਗੱਲ ਕਰਦੇ ਹਾਂ ਮੱਝਾਂ ਵਾਲੇ ਪਹਾੜਿਆਂ ਦੀ। ਪਹਿਲਾਂ ਆਪਾਂ ਆਹ ਵਾਲੇ ਪਹਾੜਿਆਂ ਦੀ ਵੀਡੀਓ ਪਏ ਸੀ, ਇਹਨੂੰ ਨੋਜ਼ਲ ਕਹਿ ਜਾਂਦੇ ਨੇ ਸਟੀਲ ਦੀ। ਇਹ 'ਚ ਬਹੁਤ ਸਾਰਿਆਂ ਨੂੰ ਦਿੱਕਤ ਆਉਂਦੀ ਸੀ ਕਿ ਇਹ ਰੋਜ਼ ਵਾਂਗੂ ਨਾ ਖੋਲ੍ਹ ਕੇ ਸਾਫ਼ ਕਰਨੇ ਪੈਂਦੇ ਸੀਗੇ, ਕਿਉਂਕਿ ਕਿਸੇ ਦੇ ਕੋਈ ਪਾਣੀ 'ਚ ਕੋਈ ਕਾਣਾ, ਕੋਈ ਸੋਰਾ ਗਾ, ਕੋਈ ਜਿਲਬ ਜੰਮਦੀ ਆ, ਉਹਦੇ ਕਰਕੇ ਇਹ ਨੋਜ਼ਲ ਜਿਹੜੀ ਆ ਇਹ ਬੰਦ ਹੋ ਜਾਂਦੀ ਸੀਗੀ ਅਤੇ ਬਹੁਤ ਦਿੱਕਤ ਆਉਂਦੀ ਸੀ। ਉਹਦੀ ਜਗ੍ਹਾ 'ਤੇ ਇੱਕ ਨੇ ਪਲਾਸਟਿਕ ਵਾਲੇ ਚੱਲੇ ਨੇ, ਇਹਦਾ ਰਿਜ਼ਲਟ ਦੇਖਿਆ ਗਾ ਬਹੁਤ ਵਧੀਆ, ਤੁਹਾਨੂੰ ਅੱਗੇ ਆਪਾਂ ਵੀਡੀਓ 'ਚ ਚੱਲਦੇ ਵੀ ਦਿਖਾਵਾਂਗੇ। ਇਹਦੇ ਮੁਕਾਬਲੇ ਭੂਰ ਵੀ ਕਾਫ਼ੀ ਵਧੀਆ ਪਾਉਂਦੇ ਨੇ ਇਹ, ਅਤੇ ਇਹਦੇ ਵਿੱਚ ਸਿਸਟਮ ਕੀ ਆ ਤੁਹਾਨੂੰ ਆਪਾਂ ਉਹ ਵੀ ਦਿਖਾਉਂਦੇ ਹਾਂ। ਇੱਦਾਂ ਦੋ ਪੀਸ ਜੁਆਇੰਟ 'ਚ ਆਉਂਦਾ, ਜਿਵੇਂ ਕਿ ਇਹਨੂੰ ਆਪਾਂ ਖੋਲ੍ਹ ਕੇ ਦੇਖ ਲਈਏ। ਇੱਕ ਤਾਂ ਇਹਦੇ ਫਿਲਟਰ ਲੱਗਿਆ ਸਾਰਿਆਂ ਨਾਲੋਂ ਵਧੀਆ ਗੱਲ ਹੈ ਜਿਹੜੀ, ਤਾਂ ਕਿ ਇਹਦੇ ਅੱਗੇ ਨੋਜ਼ਲ ਜਿਹੜੀ ਇਹ ਸੁਰਾਖ ਹੈ ਇਹ ਬੰਦ ਨਾ ਹੋਵੇ, ਵੀ ਭੂਰ ਵਧੀਆ ਸਿੱਟਦਾ ਰਹੇ, ਕਿਸੇ ਨੂੰ ਸਾਫ਼ ਕਰਨ ਦੀ ਕੋਈ ਜ਼ਿਆਦਾ ਦਿੱਕਤ ਨਾ ਆਵੇ ਹਰ ਵਾਰੀ। ਠੀਕ ਆ, ਇਹਨੂੰ ਚੰਗੀ ਤਰ੍ਹਾਂ ਕੱਸ ਲੈਣਾ, ਕਿਉਂਕਿ ਜਿਹੜੀ ਇਹਦੇ ਵਿੱਚ ਰਾਵੜ ਲੱਗੀ ਆ ਚੂੜੀਆਂ 'ਤੇ, ਇਹਨੂੰ ਫੁੱਲ ਕੱਸ ਲੈਣਾ ਆਪਾਂ, ਤਾਂ ਕਿ ਇੱਥੋਂ ਲੀਕ ਨਾ ਹੋਵੇ, ਜਿੰਨਾ ਵੱਧ ਕੱਸਾਂਗੇ ਉਨਾ ਚੰਗਾ ਗਾ। ਉਹ ਤੋਂ ਅੱਗੇ ਗੱਲ ਕਰ ਲਈਏ ਆਪਾਂ ਅੱਗਿਓਂ, ਤਾਂ ਇਹਦੇ ਵਿੱਚ ਇੱਕ ਇਹ ਰਾਵੜ ਦਿੱਤੀ ਗਈ ਆ ਅਤੇ ਇੱਕ ਇਹ ਚੀਜ਼ ਆ ਇਹਦੀ, ਇਹਦੇ ਵਿੱਚ ਕੁਛ ਵੀ ਨਹੀਂ, ਸਿੰਪਲ ਇਹ ਬਰੀਕ ਗਲੀ ਵਾਲੀ ਨੀਚੇ ਪਲੇਟ ਆ ਛੋਟੀ ਜੀ। ਉਸ ਤੋਂ ਬਾਅਦ ਇੱਕ ਇਹ ਇਹਦੇ ਵਿੱਚ ਪੁਆਇੰਟ ਪਾਇਆ ਹੋਇਆ ਬੰਦ ਪੁਆਇੰਟ, ਇਹਦੇ ਦਿਸਦਾ ਹੋਵੇ ਨਾ ਤੁਹਾਨੂੰ ਤਾਂ ਬਿਲਕੁਲ ਇਹ ਸਾਈਡਾਂ ਤੋਂ ਜਿਹੜੀਆਂ ਬਰੀਕ ਬਰੀਕ ਗਲੀਆਂ ਨੇ ਚਾਰੇ ਪਾਸੇ ਇੱਥੋਂ ਦੀ ਪਾਣੀ ਜਾਂਦਾ, ਇਹਦੇ ਨਾਲ ਪ੍ਰੈਸ਼ਰ ਬਣਦਾ ਇਹਦਾ, ਤਾਂ ਕਿ ਇਹਦਾ ਕਿਸੇ ਵੀ ਪੱਖੋਂ ਕੋਈ ਵੀ ਬੰਦ ਹੋਣ ਵਾਲਾ ਕੰਮ ਨਹੀਂ ਹੈਗਾ ਇਹ 'ਚ ਸਭ ਤੋਂ ਵਧੀਆ। ਬਾਕੀ ਤੁਹਾਨੂੰ ਆਪਾਂ ਚੱਲਦੇ ਵੀ ਦਿਖਾਉਂਦੇ ਹਾਂ ਇਹ ਕੀ ਰਿਜ਼ਲਟ ਆ ਚੱਲਣ ਦਾ ਇਹਦਾ। ਬਾਕੀ ਸਾਰਾ ਸਿਸਟਮ ਇਹ ਪਹਿਲਾਂ ਹੀ ਆ ਗਿਆ, ਜਿਵੇਂ ਕਿ ਇਹ ਲੱਗਦੇ ਨੇ ਜਿਹੜਾ ਕਿ ਆਪਾਂ ਕੋਈ ਫਿਲਟਰ ਲਾਉਂਦਾ, ਇਹ ਵਾਲਾ ਇਹਦੀ ਸਪੰਨ ਹੁੰਦੀ ਹੈ ਫਿਲਟਰ ਆ, ਇਹਦੇ ਜਿਹੜਾ ਇੱਥੇ ਜੁਆਇੰਟ ਆ ਇਹ ਜੁਆਇੰਟ 'ਤੇ ਇਹ ਕੱਸਿਆ ਜਾਂਦਾ ਗਾ ਅਤੇ ਇੱਧਰੋਂ ਪਾਈਪ ਲੱਗਦੀ ਆ, ਇੱਕ ਖੇਲ ਦੇ ਵਿੱਚ ਡੱਗੀ ਦੇ ਵਿੱਚ ਜਾਂਦੇ ਆਪਾਂ ਪਾਣੀ ਵਾਸਤੇ, ਇੱਕ ਆਊਟਪੁੱਟ ਵਾਲੇ ਪਾਸੇ ਹੁੰਦੀ ਆ ਜਿਹੜਾ ਕਿ ਅੱਗੇ ਪੰਪ 'ਚ ਜਾਂਦੀ ਆ। ਇਹ ਪੰਪ ਦੇ ਵਿੱਚ ਇੱਕ ਇਹ ਫਿਲਟਰ ਵਾਲੀ ਆ ਗਈ, ਦੂਸਰੀ ਸਾਈਡ ਤੋਂ ਆਊਟਪੁੱਟ ਆ ਗਈ ਜਿਹੜੀ ਕਿ ਅੱਗੇ ਪਹਾੜਿਆਂ ਨੂੰ ਜਾਊਗੀ, ਇਹਦੇ ਵਿੱਚ ਉਹੀ ਆ ਅੱਗੇ ਦੁਬਾਰੇ ਟੀ ਆਉਂਦੀ ਆ। ਠੀਕ ਹੈ, ਇੱਥੋਂ ਪਾਇਪ ਪਾ ਕੇ ਅਗਲੇ ਪਹਾੜੇ ਵੱਲ ਨੀਚੇ, ਇਹਦੇ ਪਹਿਲਾਂ ਨੋਜ਼ਲ ਇੱਥੇ ਸਿੱਧੀ ਲੱਗ ਜਾਂਦੀ ਸੀਗੀ, ਜਿਵੇਂ ਕਿ ਇਹ ਟੀ ਦੇ ਵਿੱਚ ਇੱਥੇ ਨੋਜ਼ਲ ਲੱਗ ਜਾਂਦੇ ਸੀ। ਹੁਣ ਇਹਦੇ ਵਿੱਚ ਕੀ ਆ, ਕੋਈ ਵੀ ਆਪਾਂ ਵੱਡੀ ਛੋਟੀ ਪਾਇਪ ਕੱਟ ਕੇ ਪਾ ਸਕਦੇ, ਜਿੰਨਾ ਆਪਾਂ ਨੂੰ ਨੀਵਾਂ ਚਾਹੀਦਾ ਉੱਚਾ ਚਾਹੀਦਾ। ਠੀਕ ਹੈ, ਇਹ ਪਾਇਪ ਪਾ ਕੇ ਇਹਦੇ ਵਿੱਚ ਸਿੱਧੀ ਇੱਥੇ ਪਾਇਪ ਪੈ ਜੂਗੀ, ਇੱਦਾਂ ਇਹ ਨੀਚੋਂ ਪਹਾੜਾ ਚੱਲੂਗਾ, ਇਹ ਉੱਦਾਂ ਹੀ ਅੱਗੇ ਜੁਆਇੰਟ ਵਾਸਤੇ ਆ ਗਈ, ਅੱਗੇ ਪਹਾੜੇ ਲਾਉਣ ਵਾਸਤੇ ਇਹ ਸਿਸਟਮ ਆ। ਇਹ ਆ ਗਿਆ ਗੇਟ ਵਾਲ, ਕਈਆਂ ਵੀਰਾਂ ਨੇ ਕੋਈ ਟੂਟੀ ਲੱਗੀ ਹੋਣੀ ਉਹਦੇ ਵਿੱਚ ਹੀ ਐਡਜਸਟਮੈਂਟ ਕਰਨੀ ਆ, ਤਾਂ ਇਹ ਉਸੇ ਟੂਟੀ ਦੇ ਪਾਇਪ 'ਤੇ ਹੀ ਐਡਜਸਟ ਹੋ ਜਾਂਦਾ ਗਾ। ਸੋ ਆਪਾਂ ਤੁਹਾਨੂੰ ਹੁਣ ਅੱਗੇ ਚੱਲਦੇ ਦਿਖਾਉਂਦੇ ਹਾਂ। ਇਹ ਪਹਿਲਾਂ ਜਿਹੜੀ ਸਟੀਲ ਦੀ ਨੋਜ਼ਲ ਹੁੰਦੀ ਹੈ ਬਹੁਤ ਵਾਰੀ ਨਾ ਬੰਦ ਹੋ ਜਾਂਦੇ ਆ, ਇਹ ਕਈ ਬੰਦਿਆਂ ਨੂੰ ਤਾਂ ਡੇਲੀ ਡੇਲੀ ਵੀ ਸਾਫ਼ ਕਰਕੇ ਪਾਉਣੇ ਪੈਂਦੇ ਨੇ, ਪਰ ਇਹ ਪਲਾਸਟਿਕ ਵਾਲਾ ਗਿਆ, ਨਾਲ ਤਾਂ ਇਹਦਾ ਭੂਰ ਵੱਧ ਪਾਉਂਦਾ ਇਹ, ਨਾਲ ਇਹ ਖਰਾਬ ਨਹੀਂ ਹੁੰਦਾ ਹੈਗਾ ਕਿਉਂਕਿ ਇਹਦੇ ਵਿੱਚ ਫਿਲਟਰ ਲੱਗਿਆ ਹੋਇਆ ਹੈਗਾ। ਦੇਖੋ ਇਹਦਾ ਪ੍ਰੈਸ਼ਰ ਦੇਖੋ ਕਿੰਨਾ ਗਾ, ਇਹ ਪਹਿਲਾਂ ਵਾਲਾ ਜਿਵੇਂ ਕਿ ਐਵੇਂ ਇਹ ਵੀ ਬੰਦ ਪਿਆ ਗਾ ਨਾ, ਇਹਨਾਂ ਨੇ ਨਵਾਂ ਲਾਇਆ ਸੀ ਦੁਬਾਰਾ ਇਸ ਸੀਜ਼ਨ 'ਚ, ਇਹ ਲਾ ਲਓ ਇਹਦੇ ਨਾਲੋਂ ਇਹਦੀ ਭੂਰ ਵੱਧਦਾ। ਦੇਖੋ ਸਾਰਿਆਂ 'ਚ ਮੇਨ ਇਹੀ ਦੋ ਚੱਲਦੇ ਵੱਧ ਦਿਸ ਰਹੇ ਨੇ।